ਜਿਹਦੀ ਜ਼ੁਬਾਨ 'ਤੇ ਫਤਿਹ ਉਹਦੀ ਜਹਾਂ 'ਚ ਫਤਿਹ, ਜਿਹਦੀ ਅੰਗ 'ਚ ਫਤਿਹ ਉਹਦੀ ਜੰਗ 'ਚ ਫਤਿਹ। ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। DGMC ਵੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਨਿੱਘਾ ਸਵਾਗਤ ਕਰਦਾ ਹਾਂ। ਦੋਸਤੋ, ਜੇਕਰ ਇਨਸਾਨ ਦੇ ਵਿੱਚ ਹਿੰਮਤ, ਹੌਸਲਾ ਅਤੇ ਨਿੱਠ ਕੇ ਕਾਰਜ ਕਰਨ ਦਾ ਜਨੂੰਨ ਹੋਵੇ ਤਾਂ ਦੁਨੀਆ ਦੇ ਵਿੱਚ ਕੋਈ ਵੀ ਚੀਜ਼ ਅਸੰਭਵ ਨਹੀਂ ਰਹਿੰਦੀ। ਇਸੇ ਦੀ ਮਿਸਾਲ ਬਣੇ ਨੇ ਸਰਦਾਰ ਮਨਦੀਪ ਸਿੰਘ ਹੁਰੀ, ਜਿਨ੍ਹਾਂ ਨੇ ਪਿਛਲੇ ਦਿਨੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਵਿੱਚੋਂ ਸੋਨ ਤਗਮਾ ਹਾਸਲ ਕੀਤਾ। ਇਸ ਦੇ ਨਾਲ ਹੀ ਇਹਨਾਂ ਨੂੰ ਭਾਰਤ ਦੇ ਸਰਵੋਤਮ ਗੱਤਕੇ ਖਿਡਾਰੀ ਦੇ ਅਵਾਰਡ ਦੇ ਨਾਲ ਵੀ ਨਿਵਾਜਿਆ ਗਿਆ ਹੈ। ਸਰਦਾਰ ਮਨਦੀਪ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ। ਅਤੇ ਮਨਦੀਪ ਸਿੰਘ ਜੀ, ਤੁਸੀਂ ਸ਼ਸਤਰ ਵਿਦਿਆ ਦਾ ਅਭਿਆਸ ਗੱਤਕਾ ਕਦੋਂ ਤੋਂ ਸ਼ੁਰੂ ਕੀਤਾ ਅਤੇ ਕਿੱਥੋਂ ਸ਼ੁਰੂ ਕੀਤਾ? ਮੈਂ ਸ਼ਸਤਰ ਵਿੱਦਿਆ ਦਾ ਜੋ ਸਿਖਲਾਈ ਲੈਣੀ ਸ਼ੁਰੂ ਕੀਤੀ ਸੀਗੀ, ਮੈਂ ਉਸ ਵਕਤ 11ਵੀਂ ਜਮਾਤ ਦੇ ਵਿੱਚ ਸੀਗਾ ਅਤੇ ਸਾਡੇ ਪਿੰਡ ਹੀ ਸਾਡੇ ਉਸਤਾਦ ਜੀ ਉਦੇ ਸਿੰਘ ਜੀ ਕੋਲੋਂ ਮੈਂ ਸ਼ਸਤਰ ਵਿੱਦਿਆ ਲੈਣੀ ਸ਼ੁਰੂ ਕੀਤੀ ਸੀਗੀ। ਉਹ ਸਾਡੇ ਪਿੰਡ ਆਉਂਦੇ ਸੀਗੇ ਰੁਟੀਨ ਵਿੱਚ ਰੈਗੂਲਰ, ਉਹਨਾਂ ਨੇ ਸ਼ਸਤਰ ਵਿੱਦਿਆ ਸਾਨੂੰ ਦਿੱਤੀ ਅਤੇ ਉਹ ਮੇਰਾ ਉਦੋਂ ਦਾ ਹੀ ਸਫ਼ਰ ਚੱਲਦਾ ਆ ਰਿਹਾ। ਕਿੰਨੇ ਸਾਲ ਹੋ ਗਏ ਨੇ ਤੁਹਾਨੂੰ ਗੱਤਕਾ ਸਿੱਖਦੇ ਨੂੰ? ਮੈਨੂੰ 6 ਸਾਲ ਹੋ ਚੁੱਕੇ ਨੇ ਗੱਤਕੇ ਦੀ ਅਭਿਆਸ ਕਰਦੇ ਨੂੰ, ਗੱਤਕੇ ਸਿਖਲਾਈ ਲੈਂਦੇ ਨੂੰ। ਠੀਕ ਹੈ ਜੀ। ਕਿਸੇ ਵੀ ਜਦੋਂ ਅਸੀਂ ਕਿਸੇ ਮੁਕਾਮ ਨੂੰ ਹਾਸਲ ਕਰਨਾ ਹੁੰਦਾ ਹੈ ਤਾਂ ਆਖਦੇ ਨੇ ਬਹੁਤ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ, ਤੁਹਾਨੂੰ ਇਸ ਮੁਕਾਮ 'ਤੇ ਪਹੁੰਚਣ ਲਈ ਕਿੰਨੀ ਕੁ ਮਿਹਨਤ ਕਰਨੀ ਪਈ? ਦੇਖੋ ਜੀ, ਕੋਈ ਵੀ ਮੁਕਾਮ ਹਾਸਲ ਕਰਨ ਲਈ ਮਿਹਨਤ ਤਾਂ ਬਹੁਤ ਕਰਨੀ ਪੈਂਦੀ ਹੈ ਅਤੇ ਖੁਦ ਵੀ ਬਹੁਤ ਮਿਹਨਤ ਕੀਤੀ ਹੈ ਮੰਨਦਾ ਹਾਂ, ਅਤੇ ਮਿਹਨਤ ਪਰਮਾਤਮਾ ਨੇ ਕਰਾਈ ਅਤੇ ਉਸਤਾਦ ਜੀ ਨੇ ਬਹੁਤ ਜ਼ਿਆਦਾ ਮਿਹਨਤ ਕਰਵਾਈ। ਉਹ ਪਿੰਡ 2-2, 3-3 ਘੰਟੇ ਸਵੇਰੇ ਵੀ ਸ਼ਾਮ ਵੀ ਅਭਿਆਸ ਕਰਾਉਂਦੇ ਰਹਿੰਦੇ ਸਨ ਅਤੇ ਜਦੋਂ ਕਾਲਜ ਲਾਈਫ ਦੇ ਵਿੱਚ ਆਏ, ਕਾਲਜ ਦੇ ਵਿੱਚ ਵੀ ਪ੍ਰੈਕਟਿਸ ਕੈਂਪ ਲੱਗਦਾ ਸੀਗਾ 2-3 ਘੰਟਿਆਂ ਦਾ, ਅਤੇ ਉਸ ਤੋਂ ਬਾਅਦ ਵੀ ਹੁਣ ਕੈਂਪ ਤੋਂ ਬਾਅਦ ਪਿੰਡ ਜਾ ਕੇ ਅਭਿਆਸ ਕਰੀਦਾ ਹੈ, ਆਪਣੇ ਜਿਹੜੇ ਜੂਨੀਅਰ ਪਲੇਅਰ ਨੇ ਉਹਨਾਂ ਦਾ ਵੀ ਅਭਿਆਸ ਕਰਾਈਦਾ ਨਾਲ, ਅਤੇ ਉਸਤਾਦ ਜੀ ਤੋਂ ਪਿੰਡ ਵੀ ਜਾ ਕੇ ਸਿੱਖੀਦਾ, ਇੱਥੇ ਵੀ ਸਿੱਖੀਦਾ ਹੈ, ਅਤੇ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਅਤੇ ਬਹੁਤ ਜ਼ਿਆਦਾ ਥੱਕ ਜਾਂਦੇ ਸਨ ਮਿਹਨਤ ਕਰਦੇ ਕਰਦੇ। ਘਰ ਦੇ ਵੀ ਬਹੁਤ ਕਹਿੰਦੇ ਹੁੰਦੇ ਸਨ ਕਿ ਵੀ ਜੇ ਤਾਂ ਤੂੰ ਇੰਨਾ ਨਹੀਂ ਹੁੰਦਾ ਤੁਸੀਂ ਰਹਿਣ ਦਿਓ, ਪਰ ਫਿਰ ਵੀ ਮਿਹਨਤ ਬਹੁਤ ਜ਼ਿਆਦਾ ਕਰਨੀ ਪਈ। ਅਤੇ ਮੈਂ ਮੰਨਦਾ ਕਿ ਉਸਤਾਦ ਜੀ ਵੱਲੋਂ ਕਰਵਾਈ ਗਈ ਮਿਹਨਤ ਸੀ ਜਿਹੜੀ ਅੱਜ ਇਸ ਮੁਕਾਮ 'ਤੇ ਲੈ ਆਈ, ਅਤੇ ਪਰਮਾਤਮਾ ਦੀ ਮਿਹਰ ਸੀ। ਬਿਲਕੁਲ ਜੀ, ਕਿਸੇ ਵੀ ਮੁਕਾਮ ਹਾਸਲ ਕਰਨ ਪਿੱਛੇ ਇੱਕ ਗੁਰੂ ਦਾ ਰੋਲ ਬਹੁਤ ਵੱਡਾ ਹੁੰਦਾ ਆ ਜੀ। ਅਤੇ ਜਿਵੇਂ ਤੁਸੀਂ ਦੱਸਿਆ, ਤੁਸੀਂ ਬਹੁਤ ਲੰਬੇ ਸਮੇਂ ਤੋਂ ਗੱਤਕੇ ਦੇ ਨਾਲ ਜੁੜੇ ਹੋਏ ਹੋਏ, ਇਸ ਸਮੇਂ ਦੌਰਾਨ ਹੋਰ ਵੀ ਪ੍ਰਾਪਤੀਆਂ ਕੀਤੀਆਂ ਹੋਣਗੀਆਂ, ਅਤੇ ਇਸ ਪ੍ਰਾਪਤੀਆਂ ਵਿੱਚੋਂ ਕੁਝ ਕੁ ਪ੍ਰਾਪਤੀਆਂ ਦਾ ਜ਼ਿਕਰ ਸਾਡੇ ਦਰਸ਼ਕਾਂ ਨਾਲ ਕਰੋ ਜੀ। ਜੀ, ਮੈਂ ਪ੍ਰਾਪਤੀਆਂ ਆਪਣੇ ਜੀਵਨ ਦੇ ਵਿੱਚ ਕੀਤੀਆਂ ਨੇ। ਸਭ ਤੋਂ ਪਹਿਲੀ ਪ੍ਰਾਪਤੀ ਸੀ ਕਿ ਮੈਂ ਸਟੇਟ ਦੇ ਵਿੱਚ 3ਰੇ ਨੰਬਰ 'ਤੇ 3ਰਾ ਸਥਾਨ ਪ੍ਰਾਪਤ ਕੀਤਾ ਸੀਗਾ, ਅਤੇ ਉਸ ਤੋਂ ਬਾਅਦ ਸਕੂਲ ਟਾਈਮ ਦੇ ਵਿੱਚ ਮੈਂ 1 ਹੀ ਵਾਰ ਜਿੱਤ ਸਕਿਆ ਅਤੇ 3ਰੇ ਨੰਬਰ 'ਤੇ ਜਾ ਸਕਿਆ, ਕਿਉਂਕਿ ਉਸ ਵਕਤ ਅਸੀਂ ਨਵੇਂ ਸੀਗੇ ਇਸ ਗੇਮ ਦੇ ਵਿੱਚ, ਬਹੁਤ ਜ਼ਿਆਦਾ ਕੁਝ ਸਿੱਖ ਰਹੇ ਸੀਗੇ। ਉਸ ਤੋਂ ਬਾਅਦ ਇਸ ਗੇਮ ਦੇ ਵਿੱਚ ਪਰਪੱਕਤਾ ਹਾਸਲ ਹੋ ਗਈ ਅਤੇ ਐਂਟਰ ਕਾਲਜ ਮੁਕਾਬਲਿਆਂ ਦੇ ਵਿੱਚ ਜਿੱਤਾਂ ਪ੍ਰਾਪਤ ਹੋਈਆਂ, ਅਤੇ ਪਿਛਲੇ ਸਾਲ ਮੈਂ ਆਲ ਇੰਡੀਆ ਸੀਨੀਅਰ ਨੈਸ਼ਨਲ ਦੇ ਵਿੱਚ ਵੀ ਗੋਲਡ ਪ੍ਰਾਪਤ ਕੀਤਾ ਹੈ, ਅਤੇ ਇਸ ਸਾਲ ਆਲ ਇੰਡੀਆ ਐਂਟਰ ਯੂਨੀਵਰਸਿਟੀ ਦੇ ਵਿੱਚ ਗੋਲਡ ਪ੍ਰਾਪਤ ਕੀਤਾ, ਅਤੇ ਇਸ ਤੋਂ ਪਹਿਲਾਂ 2 ਵਾਰ ਮੈਂ ਆਲ ਇੰਡੀਆ ਐਂਟਰ ਯੂਨੀਵਰਸਿਟੀ ਖੇਡ ਚੁੱਕਿਆ ਜਿਹਦੇ ਵਿੱਚ ਮੇਰਾ ਸਿਲਵਰ ਮੈਡਲ ਸੀਗਾ, ਅਤੇ ਖਾਲਸਾਈ ਖੇਡਾਂ ਦੇ ਵਿੱਚ ਜੋ ਕਾਲਜ ਵੱਲੋਂ ਭਾਗ ਕੀਤਾ ਜਾਂਦਾ ਉਹਦੇ ਵਿੱਚ ਵੀ 1 ਗੋਲਡ ਅਤੇ 1 ਸਿਲਵਰ ਮੈਡਲ ਹੈ। ਇਸ ਤਰ੍ਹਾਂ ਹੋਰ ਵੀ ਕਈ ਪ੍ਰਾਪਤੀਆਂ ਨੇ। ਠੀਕ ਹੈ ਸਰ, ਤੁਹਾਨੂੰ ਬਹੁਤ ਪਹਿਲਾਂ ਫਿਰ ਵੀ ਦੁਬਾਰਾ ਫਿਰ ਮੁਬਾਰਕਾਂ ਜੀ ਇਸ ਇਹਨਾਂ ਸਾਰੇ ਪ੍ਰਾਪਤੀਆਂ ਦੇ ਲਈ। ਅਤੇ ਜਿੱਥੇ ਸਿੱਖ ਮਾਰਸ਼ਲ ਆਰਟ ਗੱਤਕੇ ਦੀ ਗੱਲ ਹੁੰਦੀ ਹੈ ਅਤੇ ਉੱਥੇ ਇੱਕ ਸੈਲਫ ਦੇ ਡਿਫੈਂਸ ਦਾ ਨਾਮ ਬਹੁਤ ਆਇਆ ਜਾਂਦਾ ਵੀ ਸੈਲਫ ਡਿਫੈਂਸ ਅਤੇ ਅਟੈਕ ਅਤੇ ਡਿਫੈਂਸ ਕਰਨਾ ਬਹੁਤ ਜ਼ਰੂਰੀ ਆ, ਅਤੇ ਇਹ ਡਿਫੈਂਸ ਗੱਤਕੇ ਦੇ ਵਿੱਚ ਕਿੰਨਾ ਕੁ ਮਹੱਤਵ ਰੱਖਦਾ ਹੈ, ਇਹ ਸਾਰੇ ਦਰਸ਼ਕਾਂ ਨੂੰ ਦੱਸੋ ਜੀ। ਦੇਖੋ ਜੀ, ਗੱਤਕੇ ਦੇ ਵਿੱਚ ਗੱਤਕੇ ਦੀ ਗੇਮ ਹੀ ਰੋਕਣਾ ਅਤੇ ਠੋਕਣਾ ਜਾਂ ਵਾਰ ਮਾਰ ਕੇ ਵਾਰ ਰੋਕਣਾ 'ਤੇ ਖੜੀ ਹੈ, ਕਿਉਂਕਿ ਜੇਕਰ ਆਪਾਂ ਸਾਹਮਣੇ ਵਾਲਾ ਦਾ ਵਾਰ ਹੀ ਨਹੀਂ ਰੋਕ ਸਕਦੇ ਤਾਂ ਫਿਰ ਆਪਾਂ ਵਾਰ ਮਾਰਾਂਗੇ ਕਿਵੇਂ? ਜਦੋਂ ਆਪਣੇ 'ਤੇ ਹੀ ਵਾਰ ਵੱਜ ਗਿਆ ਤਾਂ ਜਾਂ ਆਪਣੇ ਸਰੀਰ ਦਾ ਨੁਕਸਾਨ ਹੋ ਜਾਵੇਗਾ, ਫਿਰ ਆਪਾਂ ਕਿਸ ਤਰ੍ਹਾਂ ਸਾਹਮਣੇ ਵਾਲੇ 'ਤੇ ਵਾਰ ਕਰਾਂਗੇ? ਇਸ ਕਰਕੇ ਡਿਫੈਂਸ ਬਹੁਤ ਜ਼ਿਆਦਾ ਜ਼ਰੂਰੀ ਹੈ। ਵਾਰ ਹਰ ਕੋਈ ਮਾਰ ਲੈਂਦਾ ਹੈ, ਅਣਜਾਣ ਵਿਅਕਤੀ ਵੀ ਕਿਰਪਾਨ ਘੁੰਮਾ ਲਵੇਗਾ, ਇੱਕ ਦੂਜੇ ਕਿਸੇ ਦੇ ਮਾਰ ਦੇਵੇਗਾ, ਪਰ ਵਾਰ ਰੋਕਣ ਦੀ ਕਲਾ ਉਹਨੂੰ ਹੀ ਆਵੇਗੀ ਜਿਹਨੇ ਸ਼ਸਤਰ ਵਿੱਦਿਆ ਦਾ ਅਭਿਆਸ ਕੀਤਾ ਹੋਊਗਾ ਜਾਂ ਜਿਹਨੇ ਕਿਸੇ ਉਸਤਾਦ ਤੋਂ ਸਿੱਖਿਆ ਲਿੱਤੀ ਹੋਊਗੀ। ਬਿਲਕੁਲ ਜੀ, ਜਿਹੜਾ ਗੱਤਕੇ ਦੇ ਵਿੱਚ ਤੁਸੀਂ ਦੱਸਿਆ ਵੀ ਜਿਵੇਂ ਡਿਫੈਂਸ ਕਰਨ ਦਾ ਬਹੁਤ ਜ਼ਿਆਦਾ ਮਹੱਤਵ ਹੈ, ਅਤੇ ਇਸ ਗੱਤਕੇ ਤੋਂ ਇਲਾਵਾ ਮਨਦੀਪ ਸਿੰਘ ਜੀ ਤੁਹਾਡੇ ਕੀ ਸ਼ੌਂਕ ਨੇ ਹੋਰ ਇਸ ਤੋਂ ਇਲਾਵਾ ਜੀ? ਮੈਂ ਤੁਹਾਨੂੰ ਦੱਸਿਆ ਕਿ ਮੈਂ 11ਵੀਂ ਦੇ ਵਿੱਚ ਪੜ੍ਹਦਾ ਸੀਗਾ ਜਦੋਂ ਮੈਂ ਗੱਤਕਾ ਖੇਡਣਾ ਸ਼ੁਰੂ ਕੀਤਾ, ਸਿੱਖਣਾ ਸ਼ੁਰੂ ਕੀਤਾ। ਉਸ ਤੋਂ ਪਹਿਲਾਂ ਮੈਨੂੰ ਇੱਕ ਕ੍ਰਿਕਟ ਖੇਡ ਦਾ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਸੀਗਾ, ਅਤੇ ਉਹ ਸ਼ੌਂਕ ਹੁਣ ਵੀ ਨਾਲ ਚੱਲਦਾ ਰਹਿੰਦਾ, ਕਦੇ ਕਦੇ ਖੇਡ ਲੈਂਦੇ ਹਾਂ। ਉਹ ਇੱਦਾਂ ਹੀ ਕਿ ਪਿੰਡ ਦੇ ਆਪਣੇ ਵੱਡੇ ਵੀਰਿਆਂ ਨੂੰ ਦੇਖ ਕੇ ਉਹ ਸ਼ੌਂਕ ਪੈਦਾ ਹੋ ਗਿਆ, ਅਤੇ ਉਸ ਤੋਂ ਇਲਾਵਾ ਕਿਤਾਬਾਂ ਪੜ੍ਹਨ ਦਾ ਬਹੁਤ ਜ਼ਿਆਦਾ ਸ਼ੌਂਕ ਉਹ ਸ਼ੁਰੂ ਤੋਂ ਹੀ ਸੀਗਾ ਸ਼ੌਂਕ, ਕਿਉਂਕਿ ਇਹ ਮਾਤਾ ਜੀ ਨੂੰ ਬਹੁਤ ਸ਼ੌਂਕ ਸੀਗਾ ਪੜ੍ਹਨ ਦਾ, ਅਤੇ ਉੱਥੋਂ ਇਹ ਸ਼ੌਂਕ ਥੋੜ੍ਹਾ ਜਿਹਾ ਮੈਨੂੰ ਵੀ ਪਿਆ, ਅਤੇ ਹੁਣ ਹੋਰ ਵੀ ਜ਼ਿਆਦਾ ਵੱਧਦਾ ਜਾਂਦਾ। ਅਤੇ ਹੋਰ ਵੀ ਸ਼ੌਂਕ ਨੇ ਜਿੱਦਾਂ ਕਿ
ਇੱਕ ਸਮਾਜ ਭਲਾਈ ਦੇ ਕੁਝ ਕੰਮ ਕਰਨ ਦਾ ਇੱਕ ਅੰਤਰ ਮਨ 'ਚ ਰਹਿੰਦੀ ਹੈ ਕਿ ਇੱਕ ਸਮਾਜ ਵਾਸਤੇ ਕੁਝ ਕੀਤਾ ਜਾਵੇ, ਜੀ ਜੀ ਤਾਂ ਇਸ ਤਰ੍ਹਾਂ ਕਈ ਹੋਰ ਸ਼ੌਂਕ ਨੇ। ਜਿਵੇਂ ਕਿ ਮਨਦੀਪ ਸਿੰਘ ਤੋਂ ਦੱਸਿਆ ਕਿ ਤੁਸੀਂ ਛੋਟੇ ਹੁੰਦੇ ਤੁਹਾਨੂੰ ਕ੍ਰਿਕਟ ਦਾ ਸ਼ੌਂਕ ਜ਼ਿਆਦਾ ਸੀਗਾ ਜੀ, ਅਤੇ ਅੱਜ ਦੇ ਸਮੇਂ ਦੀ ਜੇ ਗੱਲ ਕਰੀ ਤਾਂ ਕ੍ਰਿਕਟ ਦਾ ਬਹੁਤ ਨਾਮ ਹੈ ਜੀ, ਪਰ ਫਿਰ ਵੀ ਤੁਸੀਂ ਕ੍ਰਿਕਟ ਨੂੰ ਛੱਡ ਕੇ ਗੱਤਕੇ ਵੱਲ ਆਏ, ਇਹਦਾ ਕੀ ਰਾਜ ਹੈ ਜੀ, ਕੀ ਮਤਲਬ ਕਾਰਨ ਹੈ ਇਹਦਾ? ਦੇਖੋ ਜੀ, ਕ੍ਰਿਕਟ ਅਸੀਂ ਖੇਡਦੇ ਸੀਗੇ ਆਪਣੇ ਵੱਡੇ ਵੀਰੇ ਉਹਨਾਂ ਨੂੰ ਦੇਖਦੇ ਸੀਗੇ ਤਾਂ ਉਹਨਾਂ ਦੇ ਨਾਲ ਇੱਦਾਂ ਖੇਡਦੇ ਸੀਗੇ, ਪਰ ਸਾਨੂੰ ਉਸ ਵਕਤ ਇਹ ਇੰਨੀ ਨੌਲੇਜ ਨਹੀਂ ਸੀਗੀ ਕਿ ਕ੍ਰਿਕਟ ਦਾ ਇੰਨਾ ਜ਼ਿਆਦਾ ਵੱਡਾ ਸਕੋਪ ਹੈ ਜਾਂ ਅਸੀਂ ਵੀ ਇੰਨੀ ਅੱਗੇ ਜਾ ਸਕਦੇ ਹਾਂ, ਅਸੀਂ ਸਿਰਫ ਇੱਕ ਮਨ ਪਰਚਾਵੇ ਲਈ ਖੇਡ ਰਹੇ ਸੀਗੇ। ਪਰ ਜਦੋਂ ਸਾਡੇ ਪਿੰਡ ਸ਼ਸਤਰ ਵਿੱਦਿਆ ਦੀ ਸਿਖਲਾਈ ਸ਼ੁਰੂ ਕੀਤੀ ਗਈ ਉਸਤਾਦ ਜੀ ਉਹਨਾਂ ਵੱਲੋਂ, ਤਾਂ ਉਸ ਤੋਂ ਬਾਅਦ ਸਾਨੂੰ ਅਸੀਂ ਸ਼ਸਤਰ ਵਿੱਦਿਆ ਐਜ਼ ਅ ਗੇਮ ਦੇ ਤੌਰ 'ਤੇ ਨਹੀਂ ਸਿੱਖਣ ਲੱਗੇ ਇਹਨੂੰ, ਕਿਉਂਕਿ ਹੁਣ ਇਹ ਖੇਡ ਵੀ ਬਣ ਚੁੱਕਿਆ, ਪਰ ਅਸੀਂ ਇਹਨੂੰ ਆਪਣੇ ਇੱਕ ਗੱਤਕਾ ਖੇਡ ਵੀ, ਹਾਂ ਸਾਡੀ ਸਿੱਖਾਂ ਦੀ ਇੱਕ ਵਿਰਾਸਤ ਹੈ, ਉਹਨੂੰ ਸਿੱਖਣ ਦੇ ਲਈ ਅਸੀਂ ਸ਼ਸਤਰ ਵਿੱਦਿਆ ਸਿੱਖਣੀ ਸ਼ੁਰੂ ਕੀਤੀ। ਤਾਂ ਸ਼ਸਤਰ ਵਿੱਦਿਆ ਦੇ ਵਿੱਚ ਹੀ ਮੈਨੂੰ ਆ ਕੇ ਪਤਾ ਲੱਗਾ ਕਿ ਖੇਡਾਂ ਦਾ ਕਿੱਡਾ ਵੱਡਾ ਸਕੋਪ ਹੈ ਅੱਗੇ ਜਾ ਕੇ। ਮੈਨੂੰ ਗੱਤਕੇ ਨੇ ਹੀ ਇਹ ਗੱਲ ਦੱਸੀ ਹੈ ਕਿ ਤੁਸੀਂ ਆਲ ਇੰਡੀਆ ਇੰਟਰ ਯੂਨੀਵਰਸਿਟੀਆਂ ਖੇਡ ਸਕਦੇ ਹੋ, ਨੈਸ਼ਨਲ ਖੇਡ ਸਕਦੇ ਹੋ। ਪਹਿਲਾਂ ਮੈਨੂੰ ਇਹਨਾਂ ਗੱਲਾਂ ਦਾ ਬਹੁਤ ਥੋੜ੍ਹਾ ਇਲਮ ਸੀ ਜਾਂ ਮੈਂ ਕਦੇ ਸੋਚਿਆ ਹੀ ਨਹੀਂ ਸੀ ਕਿ ਮੈਂ ਵੀ ਇਹ ਕਰ ਸਕਦਾ ਹਾਂ, ਪਰ ਮੈਨੂੰ ਗੱਤਕੇ ਨੇ ਹੀ ਇਹ ਗੱਲ ਦੀ ਸੂਝਬੂਝ ਦਿੱਤੀ ਕਿ ਹਾਂ ਆਪਾਂ ਵੀ ਨੈਸ਼ਨਲ ਲੈਵਲ ਤੱਕ ਜਾ ਸਕਦੇ ਹਾਂ, ਇੰਟਰਨੈਸ਼ਨਲ ਲੈਵਲ ਤੱਕ ਜਾ ਸਕਦੇ ਹਾਂ। ਤਾਂ ਮੈਂ ਮੰਨਦਾ ਹਾਂ ਕਿ ਜੇਕਰ ਮੈਂ ਗੱਤਕਾ ਨਾਲ ਸ਼ੁਰੂ ਕਰਦਾ ਤਾਂ ਸ਼ਾਇਦ ਮੈਂ ਇਹਨਾਂ ਗੱਲਾਂ ਤੋਂ ਕਿਤੇ ਨਾ ਕਿਤੇ ਅਣਜਾਣ ਰਹਿ ਜਾਂਦਾ। ਅਤੇ ਸਾਡੇ ਪਿੰਡ ਗੱਤਕੇ ਦਾ ਅਖਾੜਾ ਸ਼ੁਰੂ ਕਰਾਇਆ ਗਿਆ, ਸਾਡੇ ਚਾਚਾ ਜੀ ਹੋਰਾਂ ਕਰਮਜੀਤ ਸਿੰਘ ਜੋਗੀ ਉਹਨਾਂ ਨੇ ਉਸਤਾਦ ਜੀ ਉਹਨਾਂ ਨੂੰ ਕਿਹਾ ਅਤੇ ਉਹਨਾਂ ਨੇ ਸਾਡੇ ਪਿੰਡ ਅਖਾੜਾ ਗੱਤਕੇ ਦਾ ਅਖਾੜਾ ਸ਼ੁਰੂ ਕਰਾਇਆ। ਅਤੇ ਉਸ ਤੋਂ ਅਸੀਂ ਸ਼ੁਰੂ ਤੋਂ ਹੀ ਗੁਰੂ ਘਰ ਨਾਲ ਰੁਝਾਨ ਸੀਗਾ, ਸੰਥਿਆ ਲੈਂਦੇ ਹੁੰਦੇ ਸੀਗੇ ਚਾਚਾ ਜੀ ਉਹਨਾਂ ਤੋਂ, ਅਤੇ ਉੱਥੋਂ ਹੀ ਅਸੀਂ ਨਾਲ ਗੱਤਕਾ ਵੀ ਸਿੱਖਦੇ ਸੀਗੇ। ਤਾਂ ਉੱਥੋਂ ਇਹ ਗੱਤਕਾ ਸਿੱਖਣ ਦਾ ਮੇਨ ਕੰਸੈਪਟ ਸੀਗਾ ਕਿ ਆਪਣੀ ਸ਼ਸਤਰ ਵਿੱਦਿਆ ਨੂੰ ਸਿੱਖਿਆ ਜਾਵੇ। ਬਾਅਦ ਵਿੱਚ ਆ ਕੇ ਐਜ਼ ਆ ਗੇਮ ਦੇ ਤੌਰ 'ਤੇ ਵੀ ਅਸੀਂ ਇਹਨੂੰ ਜੁਆਇਨ ਕੀਤਾ ਨਾਲ ਨਾਲ, ਸ਼ਸਤਰ ਵਿੱਦਿਆ ਵੀ ਨਾਲ ਨਾਲ ਅਤੇ ਇੱਕ ਖੇਡ ਦੇ ਤੌਰ 'ਤੇ ਵੀ ਨਾਲ ਨਾਲ। ਭਵਿੱਖ ਵਿੱਚ ਤੁਸੀਂ ਕੀ ਯੋਜਨਾਵਾਂ ਤੁਸੀਂ ਸੋਚਦੇ ਹੋ ਕਿ ਕਿੱਥੇ ਆਪਣੇ ਆਪ ਨੂੰ ਦੇਖਣਾ ਚਾਹੁੰਦੇ ਹੋ, ਵੀ ਤੁਸੀਂ ਇਸ ਮਿਹਨਤ ਜੋ ਤੁਸੀਂ ਇੰਨੀ ਮਿਹਨਤ ਕਰਦੇ ਹੋ, ਵੀ ਤੁਸੀਂ ਚਾਹੁੰਦੇ ਹੋ ਵੀ ਕਿਸੇ ਇੱਕ ਮੁਕਾਮ 'ਤੇ ਪਹੁੰਚਣਾ ਚਾਹੁੰਦੇ, ਤੁਹਾਡਾ ਕੀ ਟੀਚਾ ਹੈ ਜੀ ਜ਼ਿੰਦਗੀ ਦਾ ਜੀ? ਗੱਤਕੇ ਨੂੰ ਲੈ ਕੇ ਤਾਂ ਮੇਰਾ ਟੀਚਾ ਇਹੋ ਹੈ ਕਿ ਮੈਂ ਜਿੰਨੀ ਜ਼ਿਆਦਾ ਹੋ ਸਕੇ ਆਪਣੇ ਜੀਵਨ ਦੇ ਵਿੱਚ ਗੱਤਕੇ ਨੂੰ ਉੱਪਰ ਲੈ ਕੇ ਜਾਵਾਂ, ਗੱਤਕੇ ਨੂੰ ਉਪਲਬਧੀਆਂ ਵੱਲ ਲੈ ਕੇ ਜਾਵਾਂ। ਜੋ ਸਾਡੇ ਉਸਤਾਦਾਂ ਨੇ ਜਾਂ ਜੋ ਗੱਤਕੇ ਦੇ ਹੁਣ ਸੀਨੀਅਰ ਨੇ ਉਹਨਾਂ ਨੇ ਸੋਚਿਆ ਹੈ ਕਿ ਗੱਤਕੇ ਨੂੰ ਓਲੰਪਿਕ ਤੱਕ ਲੈ ਕੇ ਜਾਣਾ ਹੈ, ਤਾਂ ਮੈਂ ਚਾਹੁੰਦਾ ਕਿ ਮੈਂ ਆਪਣੇ ਜੀਵਨ ਕਾਲ ਦੇ ਵਿੱਚ ਉਹ ਸੁਪਨਾ ਉਹਨਾਂ ਦਾ ਸਾਕਾਰ ਕਰਾਵਾਂ। ਅਤੇ ਉਸ ਦੇ ਨਾਲ ਹੀ ਮੈਂ ਚਾਹੁੰਦਾ ਕਿ ਆਪਣੇ ਜੀਵਨ ਦੇ ਵਿੱਚ ਵੀ ਖੁਦ ਇੱਕ ਅਜਿਹੇ ਮੁਕਾਮ 'ਤੇ ਪਹੁੰਚੀਏ ਜਿੱਥੇ ਅਸੀਂ ਗੱਤਕੇ ਦੇ ਨਾਲ ਨਾਲ ਹੋਰ ਸਭ ਗੇਮਾਂ ਨੂੰ ਨਾਲ ਲੈ ਕੇ ਚੱਲ ਸਕੀਏ, ਖਾਸ ਤੌਰ 'ਤੇ ਗੱਤਕੇ ਨੂੰ ਅਸੀਂ ਉਹ ਮੁਕਾਮ 'ਤੇ ਲੈ ਕੇ ਜਾ ਸਕੀਏ ਜੋ ਅਸੀਂ ਸੋਚ ਰਹੇ ਹਾਂ, ਕਿਉਂਕਿ ਹਾਲੇ ਇਹ ਗੇਮ ਨਵੀਂ ਸ਼ੁਰੂ ਹੋਈ ਹੈ ਇੱਕ ਖੇਡ ਦੇ ਤੌਰ 'ਤੇ। ਅਤੇ ਸ਼ਸਤਰ ਵਿੱਦਿਆ ਦੇ ਤੌਰ 'ਤੇ ਵੀ ਇਸ ਨੂੰ ਅਸੀਂ ਘਰ ਘਰ ਪਹੁੰਚਾ ਦਈਏ, ਜੋ ਸਾਡੇ ਵੀਰ ਵਿਸਾਰ ਚੁੱਕੇ ਨੇ ਜਾਂ ਭੁੱਲ ਚੁੱਕੇ ਨੇ ਜਿਨ੍ਹਾਂ ਨੂੰ ਨਹੀਂ ਆਉਂਦਾ, ਅਸੀਂ ਸਭ ਨੂੰ ਸਿਖਲਾਈ ਦਈਏ, ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਅਖਾੜੇ ਸ਼ੁਰੂ ਕੀਤੇ ਜਾਣ। ਬਿਲਕੁਲ ਜੀ, ਬਹੁਤ ਲੋੜ ਹੈ ਅੱਜ ਦੇ ਸਮੇਂ ਵਿੱਚ ਜਿੱਥੇ ਪੰਜਾਬ ਨੂੰ ਇਹ ਕਿਹਾ ਜਾਂਦਾ ਆ ਵੀ ਪੰਜਾਬ ਅੱਜ ਕੱਲ੍ਹ ਦੇ ਪੰਜਾਬ ਦੇ ਨੌਜਵਾਨ ਨਸ਼ੇ ਵਿੱਚ ਡੁੱਬਦੇ ਜਾ ਰਹੇ ਨੇ, ਉੱਥੇ ਸ਼ਸਤਰ ਵਿੱਦਿਆ ਦਾ ਹੋਣਾ ਬਹੁਤ ਲਾਜ਼ਮੀ ਆ, ਅਤੇ ਕਿਉਂਕਿ ਆਪਣੇ ਵਿਰਸੇ ਦੇ ਨਾਲ ਜੁੜਨ ਵਾਸਤੇ, ਅਤੇ ਬਹੁਤ ਤੁਸੀਂ ਦਰੁਸਤ ਫਰਮਾਇਆ ਜੀ। ਅਤੇ ਮਨਦੀਪ ਸਿੰਘ ਜੀ, ਤੁਸੀਂ ਹੁਣ ਦੇ ਸਮੇਂ ਵਿੱਚ ਜੋ ਤੁਸੀਂ ਨੌਜਵਾਨਾਂ 'ਚ ਵਿਚਰਦੇ ਹੋ, ਤਾਂ ਤੁਸੀਂ ਹੁਣ ਅੱਜ ਦੇ ਨੌਜਵਾਨਾਂ ਦੇ ਹਾਲਾਤ ਨੂੰ ਦੇਖਦੇ ਹੋਏ ਸਾਡੇ ਨੌਜਵਾਨ ਵਰਗ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਮੈਂ ਅੱਜ ਦੇ ਨੌਜਵਾਨ ਵਰਗ ਨੂੰ ਇਹੀ ਸੁਨੇਹਾ ਦੇਵਾਂਗਾ ਕਿ ਵੀਰੋ, ਜੋ ਅੱਜ ਦੇ ਸਾਡੇ ਹਾਲਾਤ ਬਣ ਚੁੱਕੇ ਨੇ, ਸਾਨੂੰ ਤਾਂ ਸਭ ਤੋਂ ਪਹਿਲਾਂ ਇਹਨਾਂ ਬਾਰੇ ਸੋਚਣਾ ਚਾਹੀਦਾ ਕਿ ਸਾਡੇ ਨਾਲ ਹੋ ਕੀ ਰਿਹਾ। ਅਤੇ ਉਸ ਤੋਂ ਬਾਅਦ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਇਹਨਾਂ ਹਾਲਾਤਾਂ ਨੂੰ ਖਤਮ ਕਰੀਏ ਅਤੇ ਅਸੀਂ ਆਪਸ 'ਚ ਜੋ ਭਰਾ ਮਾਰੂ ਜੰਗ ਚੱਲ ਰਹੀ ਹੈ ਇਹਨੂੰ ਬੰਦ ਕਰੀਏ, ਅਤੇ ਇੱਕ ਹੋ ਕੇ ਸਮਾਜ ਦੀ ਭਲਾਈ, ਮਨੁੱਖਤਾ ਦੀ ਭਲਾਈ ਅਤੇ ਆਪਣੇ ਧਰਮ ਜਾਂ ਕੌਮ ਦੀ ਭਲਾਈ ਲਈ ਕੁਛ ਕਰੀਏ। ਅਤੇ ਸ਼ਸਤਰ ਵਿੱਦਿਆ ਦਾ ਮੈਂ ਮੰਨਦਾ ਕਿ ਮੈਂ ਸਾਰੇ ਵੀਰਾਂ ਭੈਣਾਂ ਨੂੰ ਇਹ ਸੰਦੇਸ਼ਾ ਦੇਣਾ ਚਾਹਾਂਗਾ ਕਿ ਉਹ ਸ਼ਸਤਰ ਵਿੱਦਿਆ ਜ਼ਰੂਰ ਸਿੱਖਣ, ਕਿਉਂਕਿ ਜੋ ਅੱਜ ਦੇ ਸਾਡੇ ਹਾਲਾਤ ਨੇ, ਖਾਸ ਤੌਰ 'ਤੇ ਬੀਬੀਆਂ ਦੇ ਲਈ ਸ਼ਸਤਰ ਵਿੱਦਿਆ ਸਿੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕੀ ਹੈ ਉਹਨਾਂ ਲਈ। ਇਕੱਲੀ ਸਿੱਖ ਸ਼ਸਤਰ ਵਿੱਦਿਆ ਨੇ, ਕੋਈ ਵੀ ਮਾਰਸ਼ਲ ਆਰਟ ਜ਼ਰੂਰ ਸਿੱਖਣ ਉਹ, ਤਾਂ ਜੋ ਆਤਮ ਰੱਖਿਆ ਆਪਣੀ ਕਰ ਸਕਣ ਜਿੱਥੇ ਕਿਤੇ ਉਹਨਾਂ ਨੂੰ ਲੋੜ ਪਵੇ, ਕਿਉਂਕਿ ਅੱਜ ਕੱਲ੍ਹ ਬਹੁਤ ਕੁੜੀਆਂ ਦਾ ਮੰਨਣਾ ਹੈ ਕਿ ਉਹ ਆਪਣੇ ਆਪ ਨੂੰ ਕਿਤੇ ਨਾ ਕਿਤੇ ਇਨਸਿਕਿਉਰ ਫੀਲ ਕਰਦੀਆਂ ਨੇ। ਅਤੇ ਮੁੰਡਿਆਂ ਨੂੰ ਵੀ ਮੰਨਦਾ ਹੈ ਕਿ ਇਹ ਸ਼ਸਤਰ ਵਿੱਦਿਆ ਇੱਕ ਅਜਿਹੀ ਚੀਜ਼ ਹੈ ਜਿਹੜੀ ਤੁਹਾਨੂੰ ਨਸ਼ਿਆਂ ਤੋਂ ਇੱਕਦਮ ਦੂਰ ਲੈ ਜਾਵੇਗੀ। ਕਈ ਕਹਿੰਦੇ ਨੇ ਕਿ ਉਹਨਾਂ ਨੂੰ ਤੋੜ ਲੱਗਦੀ ਨਸ਼ਿਆਂ ਦੀ, ਮੈਂ ਚੈਲੰਜ ਕਰਕੇ ਕਹਿੰਦਾ ਕਿ ਜਦੋਂ ਸ਼ਸਤਰ ਵਿੱਦਿਆ ਨੂੰ ਸਿੱਖਣਗੇ ਤਾਂ ਉਹ ਬਿਲਕੁਲ ਵੀ ਨਸ਼ੇ ਨਹੀਂ ਕਰਨਗੇ ਅਤੇ ਨਸ਼ਿਆਂ ਤੋਂ ਬਹੁਤ ਛੇਤੀ ਮੁਕਤੀ ਪ੍ਰਾਪਤ ਕਰਨਗੇ। ਬਿਲਕੁਲ ਜੀ, ਬਹੁਤ ਵਧੀਆ ਵਿਚਾਰ ਤੁਹਾਡੇ ਜੀ, ਤੁਹਾਡਾ ਮਨਦੀਪ ਸਿੰਘ ਬਹੁਤ ਬਹੁਤ ਧੰਨਵਾਦ ਸਾਡਾ ਇਸ ਪ੍ਰੋਗਰਾਮ ਦੇ ਵਿੱਚ ਆਉਣ 'ਤੇ ਜੀ। ਦੋਸਤੋ, ਅੱਜ ਤੁਹਾਡੀ ਮੁਲਾਕਾਤ ਕਰਵਾਈ ਹੈ ਸਰਦਾਰ ਮਨਦੀਪ ਸਿੰਘ ਹੋਰਾਂ ਦੇ ਨਾਲ, ਜਿਨ੍ਹਾਂ ਨੇ ਸਾਡੇ ਨਾਲ ਬਹੁਤ ਹੀ ਵਡਮੁੱਲੇ ਵਿਚਾਰ ਅਤੇ ਜ਼ਿੰਦਗੀ ਦੇ ਬਿਹਤਰੀਨ ਤਜਰਬੇ ਨਾਲ ਸਾਨੂੰ ਰੂਬਰੂ ਕਰਵਾਇਆ ਹੈ। ਉਮੀਦ ਕਰਦਾ ਹਾਂ ਕਿ ਤੁਸੀਂ ਇਹਨਾਂ ਤੋਂ ਬਹੁਤ ਕੁਝ ਸਿੱਖਿਆ ਹੋਵੇਗਾ। ਇਸ